ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਸਤਿਕ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸੀ ਲੈਂਗੁਏਜ ਤੁਹਾਡੀ ਫਰਸਟ ਪ੍ਰੋਗਰਾਮਿੰਗ ਲੈਂਗੁਏਜ ਕਿਉਂ ਹੋਣੀ ਚਾਹੀਦੀ ਹੈ। ਪਿਆਰੇ ਬੱਚਿਓ, ਤੁਸੀਂ 11ਵੀਂ ਅਤੇ 12ਵੀਂ ਵਿੱਚ ਸੀ ਪ੍ਰੋਗਰਾਮਸ ਕਰਦੇ ਹੋ, ਸੀ ਭਾਸ਼ਾ ਨੂੰ ਸਿੱਖਦੇ ਹੋ। ਆਓ ਇਸ ਵੀਡੀਓ ਬਾਰੇ ਜਾਣਦੇ ਹਾਂ ਕਿ ਸੀ ਭਾਸ਼ਾ ਸਾਡੀ ਪਹਿਲੀ ਪ੍ਰੋਗਰਾਮਿੰਗ ਭਾਸ਼ਾ ਕਿਉਂ ਹੋਣੀ ਚਾਹੀਦੀ ਹੈ। So let's begin. एक शुरुआती प्रोग्रामर ले सब तो वड्डा प्रश्न ए हुंदा है कि कित्थों शुरू करना है, क्योंकि 100 भाषावां दे शक्तिशाली ग्रुप विच्चों केड़ी भाषा दी चोण करनी है, ए बहुत ही डिफिकल्ट अते एक महत्वपूर्ण प्रश्न है। इस गतिशील आईटी सेक्टर विच दुनिया दी नवी भाषा हर दिन आउंदी है अते पुरानी हो जांदी है। इसलिए सी विच कुछ अजिहा होना लाजमी है जो 3 दहाकियां तो अते इस तो भी ज्यादा समय तो यह बाकी लैंग्वेजेस नू टक्कर दे रही है अते अज भी शायद ही कोई भाषा है जो इस दी ताकत नाल मेल खांदी होवे। सी भाषा 1972 विच एटी अते टी दे यूएसए दी बेल लैबोरेटरीज विच विकसित हुई प्रोग्रामिंग भाषा सी। एह डेनिस रिची द्वारा लिखी गई सी। सब तो पहला कारण कि सी तुहाडी पहली प्रोग्रामिंग भाषा क्यों होनी चाहिए है। मेरा विश्वास है कि कोई भी सीधे तौर पे C++ या जावा नहीं सीख सकता। इना भाषावां नूं प्रस्तुत करन लई तुहाडे कोल प्रोग्रामिंग एलिमेंट जिवें कि पॉलीमॉर्फिज्म, क्लासेस, इनहेरिटेंस आदि दी एक मजबूत कंसेप्ट होण दी जरूरत है। प्यारे बच्चों, हुण साधारण प्रश्न ए आंदा है कि तुसी अजिहियां गुंझलदार कंसेप्ट्स किवें सीख सकदे हो ਜਦੋਂ ਤੁਸੀਂ ਮੂਢਲੇ ਤੱਤ ਜਿਵੇਂ ਕਿ ਬਲੌਕ ਫੰਕਸ਼ਨਸ ਬਾਰੇ ਹੀ ਨਹੀਂ ਜਾਣਦੇ ਹੋਵੋਗੇ। ਸੀ ਉਹ ਭਾਸ਼ਾ ਹੈ ਜਿਸ ਉੱਤੇ C++ ਆਧਾਰਿਤ ਹੈ ਅਤੇ ਜਾਵਾ ਵੀ ਉਸੇ ਪ੍ਰੋਗਰਾਮਿੰਗ ਕਨਸੈਪਟਸ ਅਤੇ ਸੀ ਦੀ ਸਿੰਟੈਕਸ ਨੂੰ ਸਾਂਝਾ ਕਰਦਾ ਹੈ। ਇਹ ਦੁਨੀਆ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਭਾਸ਼ਾਵਾਂ ਹਨ ਅਤੇ ਇਹ ਸਾਰੇ ਸੀ ਤੇ ਹੀ ਆਧਾਰਿਤ ਹਨ। C++, ਜਾਵਾ ਅਤੇ ਸੀ ਹੈਸ਼ ਉਪ ਦੀ ਵਰਤੋਂ ਕਰਦੇ ਹਨ। ਉਪ ਤੋਂ ਭਾਵ ਹੈ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ। ਸਾਰੇ ਪ੍ਰੋਗਰਾਮਾਂ ਨੂੰ ਇਸ ਦੀ ਜ਼ਰੂਰਤ ਨਹੀਂ ਪੈਂਦੀ, ਭਾਵੇਂ ਇਹ ਇੱਕ ਸ਼ਕਤੀਸ਼ਾਲੀ ਉਪਕਰਣ ਹੈ। ਅਜਿਹੇ ਪ੍ਰੋਗਰਾਮ ਅਜੇ ਵੀ ਸੀ ਵਿੱਚ ਲਿਖੇ ਜਾਂਦੇ ਹਨ। ਜਦੋਂ ਵੀ ਕਾਰਜ ਕੁਸ਼ਲਤਾ ਦੀ ਗੱਲ ਆਉਂਦੀ ਹੈ, कारज कुशलता मतलब एग्जीक्यूशन दी गति, ते सी विनर है, अजेतु है, सी नु कोई भी नहीं हरा सकदा। विंडोज, यूनिक्स, लाइनक्स दे मुख हिस्से अजे भी सी विच लिखे जांदे हन। इसलिए जे तुसी इना ओएस नु प्रोग्राम करना चाहंदे हो जां अपना बनाउणा चाहंदे हो ते तुहानू सी जानन दी जरूरत पएगी। ਨਵੀਆਂ ਡਿਵਾਈਸਾਂ ਦੇ ਡਿਵਾਈਸ ਡਰਾਈਵਰ ਹਮੇਸ਼ਾ ਸੀ ਵਿੱਚ ਲਿਖੇ ਜਾਂਦੇ ਹਨ। ਇਹ ਤੁਹਾਨੂੰ ਪੁਆਇੰਟਰਾਂ ਰਾਹੀਂ ਤੁਹਾਡੇ ਸੀਪੀਯੂ ਦੀ ਮੈਮਰੀ ਤੱਕ ਸਿੱਧੀ ਪਹੁੰਚ ਦਿੰਦਾ ਹੈ। ਗੇਮਿੰਗਸ ਕਿਸ ਨੂੰ ਪਸੰਦ ਨਹੀਂ ਹਨ? ਤੁਸੀਂ ਆਪਣੇ ਕੰਪਿਊਟਰ ਤੇ ਗੇਮਸ ਖੇਡੀਆਂ ਹੋਣਗੀਆਂ। ਅੱਜ ਵੀ ਇਹ ਹੈਰਾਨ ਕਰਨ ਵਾਲੀਆਂ 3D ਗੇਮਸ ਸੀ ਨੂੰ ਆਪਣੇ ਕੋਰ ਵਜੋਂ ਵਰਤਦੀਆਂ ਹਨ। ਸੀ ਮੱਧਮ ਪੱਧਰੀ ਭਾਸ਼ਾ ਹੈ, ਇਹ ਤਾਂ ਸਭ ਨੂੰ ਪਤਾ ਹੈ, ਮਿਡਲ ਲੈਵਲ ਲੈਂਗੁਏਜ ਹੈ। ਪ੍ਰੋਗਰਾਮਿੰਗ ਭਾਸ਼ਾਵਾਂ 3 ਕਿਸਮਾਂ ਦੀਆਂ ਹੁੰਦੀਆਂ ਹਨ, ਉੱਚ ਪੱਧਰੀ, ਮੱਧ ਪੱਧਰੀ ਅਤੇ ਨੀਵਾ ਭਾਵ ਲੋ ਲੈਵਲ ਲੈਂਗੁਏਜ। ਉੱਚ ਪੱਧਰੀ ਭਾਸ਼ਾਵਾਂ ਉਪਭੋਗਤਾ ਮੁਖੀ ਹੁੰਦੀਆਂ ਹਨ,
ਪ੍ਰੋਗਰਾਮਾਂ ਦਾ ਤੇਜ਼ੀ ਨਾਲ ਵਿਕਾਸ ਕਰਦੀਆਂ ਹਨ। ਉਦਾਹਰਣ ਹੈ ਬੇਸਿਕ। ਘੱਟ ਪੱਧਰੀ ਭਾਸ਼ਾਵਾਂ ਕੀ ਹੁੰਦੀਆਂ ਨੇ ਬੇਟੇ? ਘੱਟ ਪੱਧਰੀ ਭਾਸ਼ਾਵਾਂ ਹੁੰਦੀਆਂ ਨੇ, ਯਾਨੀ ਲੋ ਲੈਵਲ ਲੈਂਗੁਏਜ, ਮਸ਼ੀਨ ਆਧਾਰਿਤ ਹੁੰਦੀਆਂ ਨੇ। ਉਹ ਪ੍ਰੋਗਰਾਮਾਂ ਦੀ ਤੇਜ਼ੀ ਨਾਲ ਵਰਤੋਂ ਪ੍ਰਦਾਨ ਕਰਦੇ ਹਨ। ਸੀ ਇੱਕ ਮੱਧ ਪੱਧਰੀ ਭਾਸ਼ਾ ਹੈ, ਭਾਵ ਮਿਡਲ ਲੈਵਲ ਲੈਂਗੁਏਜ, ਕਿਉਂਕਿ ਇਹ ਉੱਚ ਪੱਧਰੀ ਭਾਸ਼ਾ ਦੇ ਸਰਵੋਤਮ ਹਿੱਸੇ ਨੂੰ ਹੇਠਲੀ ਪੱਧਰੀ ਭਾਸ਼ਾ ਨਾਲ ਜੋੜਦੀ ਹੈ। ਇਹ ਦੋਵੇਂ ਉਪਭੋਗਤਾ ਅਤੇ ਮਸ਼ੀਨ ਆਧਾਰਿਤ ਹਨ ਅਤੇ ਅਨੰਤ ਪੋਸਿਬਿਲਿਟੀਜ਼ ਪ੍ਰਦਾਨ ਕਰਦੀਆਂ ਹਨ। ਪਿਆਰੇ ਬੱਚਿਓ, ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਸੀ ਤੁਹਾਡੀ ਪਹਿਲੀ ਪ੍ਰੋਗਰਾਮਿੰਗ ਭਾਸ਼ਾ ਕਿਉਂ ਹੋਣੀ ਚਾਹੀਦੀ ਹੈ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ, ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮਚ।